ਆਪਣੀ ਮਰਜ਼ੀ ਦੇ ਨਾਲ ਸਲਵਾਤ ਪੜ੍ਹੇ। ਅੱਲਾਹੁਮਾ ਸੱਲੇ ਅਲਾ ਮੁਹੰਮਦ ਮਾ ਆਲੇ ਮੁਹੰਮਦ, ਯਾ ਅੱਲਾਹ ਯਾ ਅੱਲਾਹ, ਯਾ ਮੁਹੰਮਦ ਯਾ ਮੁਹੰਮਦ, ਯਾ ਅਲੀ ਯਾ ਅਲੀ, ਯਾ ਹਸਨ ਯਾ ਹਸਨ, ਯਾ ਮੌਲਾ ਹੁਸੈਨ ਅਲੈਹਿ ਸਲਾਮ, ਯਾ ਬੀਬੀ ਸੈਯਦ ਪਾਕ ਸਲਾਮੁੱਲਾ ਅਲੈਹਾ। ਅੱਖਾਂ ਬੰਦ, ਸਲਵਾਤ ਬੁਲੰਦ। ਅੱਲਾਹੁਮਾ ਸੱਲੇ ਅਲਾ ਮੁਹੰਮਦ ਮਾ ਆਲੇ ਮੁਹੰਮਦ। ਮੈਂ ਇਲਤਮਾਸ ਕੀਤਾ ਯਾਰ, ਗੁਜ਼ਾਰਿਸ਼ ਕੀਤੀ ਹੈ ਨਬੀ ਦੀ ਧੀ ਦੀ ਅਜ਼ਮਤ ਦੇ ਉੱਤੇ, ਅੱਖਾਂ ਬੰਦ, ਸਲਵਾਤ ਬੁਲੰਦ ਹੋਈ। ਅੱਲਾਹੁਮਾ ਸੱਲੇ ਅਲਾ ਮੁਹੰਮਦ ਮਾ ਆਲੇ ਮੁਹੰਮਦ। ਅੱਲਾ ਪੂਰੇ ਮਜਮੇ ਕੋ ਬੈਤੁਲ ਅਧਾ ਜੀ ਬਣਾ। ਮੈਂ ਪੰਜ ਦੁਆਵਾਂ ਮੰਗਣੀਆਂ, ਮੈਂ ਸਿਰਫ ਡੇਢ ਕਸੀਦਾ ਪੜ੍ਹਨਾ ਹੈ। ਅਸਾਂ ਸਾਰੇ ਬਾਣੀ ਦੀ ਹਸੀਅਤ ਚ ਹੈ, ਥੋੜ੍ਹੇ ਟਾਈਮ ਦੀ ਮਜਲਿਸ ਮੇਰੀ ਹੋ ਸੀ, ਮਗਰ ਮੈਂ ਪੰਜ ਦੁਆਵਾਂ ਜ਼ਰੂਰ ਮੰਗਣੀਆਂ ਜੋ ਮਜ਼ਰੂਮ ਦੇ ਜ਼ਿਕਰੀ ਦੁਆਵਾਂ ਕਬੂਲ ਹੁੰਦੀਆਂ। ਢੇਰ ਸਾਰੇ ਜ਼ਾਕਿਰ ਮੇਰੇ ਮੌਲਾ ਦੇ ਬੈਠਣ, ਸਰਦਾਰ ਨੁਸਰਤ ਅਬਾਸ ਜਿਵੇਂ ਸਹਿਮ ਰਜ਼ਾ ਦੀ ਜ਼ਿੰਦਗੀ ਹੋਵੇ, ਬਾਦ ਵਾਲੇ ਬਿਹਤਰੀਨ ਮੇਰੇ ਮੌਲਾ ਦੇ ਮੁਹੰਮਦ ਦੀ ਖੈਰ ਹੋਵੇ, ਸਾਰਿਆਂ ਦੀ ਖੈਰ ਹੋਵੇ, ਮੁਹੰਮਦ ਸਈਦ ਅਕਬਰ ਦੀ ਖੈਰ ਹੋਵੇ, ਸਾਰੇ ਜ਼ਾਕਰੀਨ ਦੀਆਂ ਜ਼ਿੰਦਗੀਆਂ ਦਰਾਜ਼ ਹੋਵਣ। ਪੰਜ ਮੇਰੇ ਕੋਲ ਦੁਆਵਾਂ ਮੰਗਣੇ ਵਾ, ਪੰਜ ਮੇਰੇ ਕੋਲ ਪਹਿਲੇ ਪੰਜ ਦੁਆਵਾਂ ਵੱਧ 5 ਜੂਨ ਦਾ ਐਲਾਨ। ਜੇ ਇਨਾ ਅਮੀਨ ਪੰਜ ਦੁਆਵਾਂ 'ਤੇ ਆਖੀ ਤਾਂ 5 ਜੂਨ ਦਾ ਐਲਾਨ ਕਰੇ ਸਾਂ, ਨਾ ਤਾਂ ਛੁੱਟੀ ਹੀ। ਇੱਥਾਂ ਹੱਥ ਕਰੋ ਜਿਹੜਾ ਮੰਗਾਣਾ ਹੈ, ਉੱਚੇ ਚਾ ਕਰੋ ਹੱਥ ਉੱਚੇ। ਪਹਿਲੀ ਦੁਆ, ਅੱਲਾ ਤੁਸਾਂ ਸਾਰਿਆਂ ਕੋ ਪਰੇਸ਼ਾਨ ਕਿ ਮਹਿਫੂਜ਼ ਫਰਮਾਵੇ, ਜ਼ਿੰਦਾਬਾਦ। ਪਹਿਲੀ ਦੁਆ। ਦੂਜੀ ਦੁਆ, ਅੱਲਾ ਜਿਤਨੇ ਹਾਜ਼ਰ ਬੈਠਣ ਤਮਾਮ ਦੇ ਮਰਹੂਮ ਮੀਨ ਦੇ ਦਰਜਾਤ ਬੁਲੰਦ ਫਰਮਾ, ਭੱਲਾ ਹੋਵੇ। ਤੀਸਰੀ ਦੁਆ, ਅੱਲਾ ਸਾਰੇ ਮਜਮੇ ਨੂੰ ਕਰਬਲਾ ਦਾ ਜ਼ਵਾਰ ਬਣਾ, ਜ਼ਿੰਦਾਬਾਦ। ਚੌਥੀ ਦੁਆ, ਅੱਲਾ ਬੇ ਔਲਾਦਾਂ ਨੂੰ ਪੁੱਤਰ ਦੇਵੇ। ਇੱਥਾਂ ਹੱਥ ਕਰੋ ਜਿਹੜੇ ਸ਼ੀਆ ਸੁਨੀ ਭਾਈ ਬੈਠੇ ਹੋ। ਆਖਰੀ ਦੁਆ, ਵੱਡੀ ਦੁਆ, ਉਹਦੇ ਬਾਅਦ ਮੈਂ 5 ਜੂਨ ਦਾ ਐਲਾਨ ਕਰਾਂ, ਬਲਕਿ 5 ਜੂਨ ਮੈਂ ਪੜ੍ਹਦਾ ਪਿਆ। ਹੁਣ ਆਖਰੀ ਦੁਆ ਹੋਵੇ, ਅੱਲਾ ਇਮਾਮ ਜ਼ਮਾਨਾ ਅਲੈਹਿ ਸਲਾਮ ਦਾ ਹੁਣੇ ਜ਼ਹੂਰ ਫਰਮਾ, ਆਮੀਨ। ਯਾ ਰੱਬਲ ਆਲਮੀਨ, ਮੇਰੇ ਅਲੀ ਨੇ ਮੇਰਾ ਹਰਗਿਜ਼ ਖਿਆਲ ਰੱਖਾ ਹੈ, ਮੇਰੇ ਅਲੀ ਨੇ ਬੰਦੇ 20-25 ਮੇਰੇ ਸਾਹਮਣੇ ਬੈਠੇ ਤੇ ਚੁੱਪ ਬੈਠੇ ਨੇ, ਇੰਜ ਨਾ ਕਰੋ, ਅਲੀ ਅਲੀ ਕਰੋ, ਨਬੀ ਨਬੀ ਕਰੋ, ਦੋ ਦੋ ਬੰਦਾਂ ਦੀ ਜਗ੍ਹਾ ਮਲ ਕੇ ਬਹਿ ਜਾਂਦੇ ਹੋ, ਇੰਜ ਕਰਕੇ ਬੈਠੇ ਰਹਿੰਦੇ, ਜ਼ਬਾਨ ਕਪੀਜ਼ ਨਾ ਪਵੇ, ਦੁਕਾਨ ਤੇ ਬੋਲੇ, ਮਕਾਨ ਤੇ ਬੋਲੇ, ਤੇ ਜ਼ਿਕਰ ਚ ਨਾ ਬੋਲੇ। ਮੈਂ ਕਿ ਮੇਰੇ ਅਲੀ ਨੇ ਸਰ 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 ਮੇਰੇ ਅਲੀ ਨੇ ਸਫੀਰ ਭਾਈ, ਮੇਰੇ ਅਲੀ ਨੇ ਮੇਰਾ ਹਰਗਜ਼ ਖਿਆਲ ਰੱਖਾ ਹੈ, ਜੰਨਤ ਮੇ ਮਹਿਲ ਬੇਮਿਸਾਲ ਰੱਖਾ ਹੈ। ਓਏ ਦੁਸ਼ਮਣ ਅਲੀ, ਜੰਨਤ ਕੇ ਦਰਵਾਜ਼ੇ ਪੇ ਤੋ ਆ, ਮੇਰੇ ਸਾਹਮਣੇ ਤੇਰੇ ਲਈ ਜੂਤਾ ਸਵਾ ਰੱਖਾ ਹੈ। ਜੀ ਜੀ, ਇਹ ਜਿਹੜੇ 20 ਬੰਦੇ ਬੈਠੇ, ਤੁਸੀਂ ਚੌਖੀ ਤਵੱਜੋ ਕਰੋ ਤੇ ਮੇਰੀ ਮੰਨੋ, ਮੇਰੀਆਂ ਡੂ ਮੰਨੋ ਤੇ ਸਾਰੀਆਂ ਤੁਹਾਡੀਆਂ ਮੰਨੋ। ਇੱਕ ਤਾਂ ਹੱਥ ਖੋਲ ਤੇ ਝੋਲੀ ਫੈਲਾ ਚਾ, ਹੱਥ ਖੋਲੋ, ਝੋਲੀ ਫੈਲਾਓ, ਸਾਰੇ ਫੈਲਾਓ, ਸਾਹਮਣੇ ਵਾਲੇ ਚੌਖੀ ਫੈਲਾਓ, ਜਲਦੀ ਕਰੋ, ਜਲਦੀ, ਟਾਈਮ ਥੋੜ੍ਹਾ ਹੈ। ਸਾਰੇ ਜ਼ਾਕਰ ਆਪਣੇ ਤਾਂ ਹਰ ਜ਼ਾਕਰ ਜ਼ਾਕਰ ਦਾ ਬਾਨੀ ਹੁੰਦਾ ਹੈ ਜੀ। ਬਿਸਮਿਲ੍ਲਾ ਕਰਾਂ, ਬਸ਼ੀਰ ਭਾਈ ਆਓ, ਸਰ ਚਾਓ, ਹਾਂ, ਝੋਲੀ ਫੈਲਾ ਕੇ ਦੀਵੇ। ਇੱਕ ਮੰਨਤ ਮੰਨੋ, ਮੁਸ਼ਕਿਲ ਤਰੀਨ ਦੁਆ ਦੀ ਮੰਨਤ ਮੰਨੋ ਤੇ ਇੱਥਾਂ ਦੁਆ ਕਬੂਲ ਥੀਂਦੀ ਦੇਖੋ ਜੀ। ਬਿਸਮਿਲ੍ਲਾ ਕਰਾਂ, ਅੱਲਾ ਤੁਹਾਡਾ ਟੁਰ ਆਇਆ ਕਬੂਲ ਫਰਮਾਵੇ। 5 ਜੂਨ ਮੈਂ ਪੜ੍ਹਦਾ ਪਿਆਂ, 5 ਜੂਨ ਪੜ੍ਹਦਾ ਪਿਆਂ, 5 ਜੂਨ ਨਿਆਜ਼ ਦੀ ਬਾਅਦ ਚਾਂਡੀ ਸਾਹਿਬ ਕਰੇ ਸੀ, ਨਿਆਜ਼ ਦੀ ਲਾਜ਼ਮੀ ਕਰੇ, ਕਿਉਂਕਿ ਮੈਂ ਟਾਈਮ ਬਚਾਉਣਾ ਚਾਹੁੰਦਾ ਅਤੇ ਤੁਸੀਂ ਇਹਨਾਂ ਦਾ ਜੀ। ਬਿਸਮਿਲ੍ਲਾ ਕਰਾਂ, ਹਾਂ, ਮੈਂ ਤਰਤੀਬ ਵਿੱਚ ਪੜ੍ਹਦਾ ਅਤੇ ਇੱਕ ਗਾਲ ਕਰਨਾ ਚਾਹੁੰਦਾ। ਇੱਕ ਦਫ਼ਾ ਸ਼ਿਮਰ ਤਲਾਨਤ ਮੱਠੀ ਲਾਨਤ ਕਿ ਵੇਚਣੀ ਵੇ, ਸ਼ਿਮਰ ਤਲਾਨਤ, ਸ਼ਿਮਰ ਤਲਾਨਤ, ਹੁਰਮਿਲ ਤਲਾਨਤ, ਬੇਸ਼ਮਰ ਹੁਰਮਿਲ ਤਲਾਨਤ, ਚੌਖੀ ਲਾਨਤ ਕਰੋ, ਯਜ਼ੀਦ ਤੇ ਡਬਲ ਲਾਨਤ, ਯਜ਼ੀਦ ਤੇ ਡਬਲ ਲਾਨਤ, ਇਬਨੇ ਜ਼ਿਆਦ ਤੇ ਲਾਨਤ। ਮੇਰੇ ਤੇ ਸਵਾਲ ਕਰੋ ਬੇ ਨਾ ਹੀ ਦਬਾ ਜੱਗ, ਬੇ ਤੈਂ ਇਬਨੇ ਜ਼ਿਆਦ ਤੇ ਲਾਨਤ ਕਿਉਂ ਕੀਤੀ ਹੈ, ਉਹਦੀ ਵਜ੍ਹਾ ਆਓ ਸੁਣੋ। ਈ ਕੰਮੀ ਨੇ ਆਪਣੇ ਭੇਜਣ ਸਿਪਾਹੀ ਕਿ ਜਾਓ ਲੱਗੇ ਵੰਜੋ, ਮੰਨ ਕੇ ਮੀਂਹ ਸਮੇਂ ਤਮਾਰ ਕੋ ਮੇਰਾ ਕੈਦੀ ਬਣਾ ਕੇ ਅਤੇ ਮੇਰੇ ਦਰਬਾਰ ਹੀ ਗਿਨਾਓ। ਇੰਨਾ ਕੈਦੀ ਤਾਂ ਬਣਾਏ ਸਰ, ਕੈਦੀ ਬਣਾ ਕੇ ਨਾ ਇਬਨੇ ਜ਼ਿਆਦ ਕਮੀਨੇ ਦੇ ਦਰਬਾਰ ਗਿਨਣ। ਮੇਰੇ ਉਰੇ ਇੱਕ ਕੁੱਤਾ ਬੈਠਾ, ਇੱਕ ਤਖਤ ਹੈ, ਜਨਾਬ ਮੀਂਹ ਸਮੇਂ ਤਮਾਰ ਦੇ ਪਾਸੇ ਇੰਜ ਦੇਖਿਆ ਤਾਂ, ਮੀਸਾਮ ਮੀਸਾਮ ਹਾਏ ਅਲੀ ਦਾ ਸ਼ੇਰ ਦੇ ਕੇ ਆਦੇ ਹੋਏ, ਜਨਾਬ ਮੁਖਤਾਰ ਜ਼ਿੰਦਾਬਾਦ, ਲਾਹੌਰ ਤੋਂ ਸਾਰੇ ਮਹਿਮਾਨ ਹਨ ਜ਼ਿੰਦਾਬਾਦ। ਇੱਕ ਦਵਾ ਹੱਥ ਉੱਚੇ ਕਰੋ ਸਾਰੇ, ਹੈਦਰੀ ਕਮੀਨਾ ਬੇਟਾ ਤਖਤ ਤੇ ਕੋ ਬੀਬੀ ਦਾ ਵਾਸਤਾ ਸੱਜੇ ਖੱਬੇ ਨਾ ਦੇਖ, ਮੈਂ ਟਾਈਮ ਬਚਾਵਾਂ। ਇੱਕ ਕਮੀਨਾ ਮੀਸਮ ਦੇ ਪਾਸੇ ਦੇਖਿਆ ਤਾਂ, ਮੀਸਮ ਕਿਹਾ ਦੇ
ادے علی لکھنا چھوڑے میسم فرمایا کہ آکھے آکھا کہ بھی آکھا کہ بھی ادے علی لکھنا چھوڑے میسم دی آوازاں دی گل میری سن گن ہا میرے جسم وچ جے تے شاہ ہو سی ہر سا وچ نجف دا شاہ ہو سی ہر سا وچ نجف دا شاہ ہو سی میرے جسم وچ جناب مختار زندہ باد لاہور تو سارے مہمان زندہ باد ہاں تو چہدری نجب دشا ہوسی میرے جسم وچ جے تیسا ہوسی ہر سا وچ نجب دشا ہوسی ہر سا بڑی ایڈا وڈا نعرہ چا مارا وے بھاویں تا کہندا ہاں لہ گیا چل یار جلدی بڑی بڑی مہربانی شکریہ مجمع ایک دفعہ پورے دا پورا مجمع چپ کرو بالکل چپ کرو تو میری بات سنو بھائی میں کوئی جناب دی چپ دی لوڑ چپ ہو گئی ہن سنو کمینے میسم دے پاس دیکھ کے ترے دفعہ کہے وقت ہی ویلے وقت ہی ویلے ایلی لکھنا چھوڑ دے ہک ایلی لکھنا چھوڑ دے دو ایلی لکھنا چھوڑ دے ترے ترے دفعہ کسی ایلی لکھنا چھوڑ دے جدا اپنے نہ بولے لالا غیر بولے نہ اپنے جو تر تر کے دے بیٹھے رہنا میں لوگوں کو کہا آؤ تو بسم اللہ تے قصیدہ سنو اے اپنے بیٹھے نے اسا تسا رشتہ دار ہیں تہاڈے سارے رشتہ دار علی اے علی والا انج کر کے بیٹھا رہے غیر کیڑا بول سکدا ہے آؤ سر جو جڈا ترائے تو فاکس نہ ایلی علی کنا چھوڑے جناب میسم دی آواز دے بکواس بند کر میں تینوں دسا وا کر بکواس بند شاباش شاباش زندہ باد سفیر بھائی زندہ باد میں بسم اللہ کرا اوئے ابن زیاد میسم دے پاسے دیکھ کے دے علی لکھنا چھوڑ جناب میسم نے فرمایا کر بکواس بند جشن شانے تیرے اکھ چھوڑا کیویں پڑھنا قرآن پڑھنا قرآن غلام عباس کندانی دی زندگی دراز برینڈ ہے برینڈ جیرے پاسے گڈی موڑے اس پاسے مجلساں ماں حسین دی تو ڈھیر رنگ لاوے انہاں دے بھائی کو وی رنگ ہوے زندگی دراز ہوے میرے بعد میرے بھائی پڑھنا ہے جناب نصرت عباس خان چاندیو صاحب میں بیٹھی جاتے آکھنے کیا بات ہے کیا انج کر کے کیا بات ہے کیا بات ہے مجمع کو دس کیا بات ہونی ہن میں اتنا پریشان ہاں نا پریشانی دی انتہا ہے میں کیوں پریشان ہاں میں این گل پریشان ہاں این شیر دے اتے میں کو پاکستان دے وچ لوگ اٹھ کے داد کیوں نہیں دیندے کیوں نہیں داد دیندے میں حیران ہاں انہیں جو میں شیر پڑھدا پیاں تسا خود اندازہ لوائے کیا بھائی میری پریشانی بن دی ہے یا نہیں بن دی اللہ دا نام سر چار ایک میرے پاسے پہلے کسے علی علی کرنا چھوڑے ترائے دفعہ جڑا میسم نہیں نہ رکا آدھے میسم گل سن ہوں تو نہ رکے ہوں میں تیری زبان کٹ دے سا میسم فرمایا کٹ گن زبان کٹنی ہے اوئے اوئے زبان کٹنی کٹ گن زبان پاگلا تے کو کہیا کہ میں زبان نال بولے نا کونی بیٹھے ہاں شاباش ہاتھ بلند حیدری
ਓਏ ਪਾਗਲ ਆ ਤੇ ਕੁਕਾਂ ਕਿ ਮੈਂ ਜ਼ਬਾਨ ਨਾਲ ਬੁਲੇ ਨਾ ਆਦਮ ਤੇਰੀ ਜ਼ਬਾਨ ਕੱਟ ਕੇ ਨਸਾਂ ਮੇਸਾ ਫਰਮਾਏ ਕੱਟ ਲੈ ਮੇਰੀ ਜ਼ਬਾਨ ਇਹਨਾਂ ਜ਼ਬਾਨ ਕੱਟ ਕੇ ਦੀ ਗੱਲਾਂ ਕਰਨੀਆਂ ਵੱਡੀਆਂ ਸੌਖੀਆਂ ਨਾ ਠੀਕ ਹੈ ਨਾ ਤੇ ਝਾ ਡੂਡੂ ਤਰੇ ਤਰੇ ਬੰਦਾਂ ਦੀ ਮਲ ਕੇ ਬਾਹਵਣਾ ਤੇ ਨਾਲ ਵਾਲੇ ਕੁਆਰਾ ਕਮਾਰਨੀ ਚੁੱਪ ਕਰ ਸੁਣਨ ਦੇ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨਾ ਤੇ ਜ਼ਾਕਿਰ ਦੇ ਜਲਸੇ ਦੇ ਚਾਰ ਚਾਰ ਦਫ਼ਾ ਸਹੀਆਂ ਕੱਢ ਕੱਢ ਕੇ ਲੰਗਰ ਕਰਨਾ ਹੀ ਬੜਾ ਸੌਖਾ ਹੈ ਤੇ ਜ਼ਬਾਨ ਕੱਟਣ ਵਾਲੀ ਵੱਡੀ ਔਖੀ ਆਈ ਗਾਜ਼ੀ ਦੀ ਕਸਮ ਹੈ ਅਬਾਸ ਬਾਈ ਜਿਹੜੇ ਵੀ ਨਾ ਜ਼ਬਾਨ ਕੱਟੀਏ ਕੱਟੀ ਉਹ ਜ਼ਬਾਨ ਦੇ ਨਾਲ ਮੇਰੇ ਸਮੇਂ ਤਮਾਮ ਤੁਸਾਂ ਦੇਵੇ ਨਾ ਕਿਉਂ ਪਰੇਸ਼ਾਨ ਹੈ ਬੇ ਉੱਠੀ ਕੇ ਦਾਦ ਗਾਜ਼ੀ ਦੀ ਕਸਮ ਯਾਰ ਪਰੇਸ਼ਾਨ ਕਿਉਂ ਨਾ ਥੀ ਮੈਂ ਗੱਲ ਵੱਡੀ ਹੈ ਤੇ ਬੰਦੇ ਦਾਦ ਨਹੀਂ ਦੇਦੇ ਮੇਰੇ ਸਮੇਂ ਫਰਮਾਏ ਕੱਟ ਲਓ ਇਹਨਾਂ ਜ਼ਬਾਨ ਕੱਟੀਏ ਕੱਟੀ ਉਹ ਜ਼ਬਾਨ ਦੇ ਨਾਲ ਮੇਰੇ ਸਮੇਂ ਤਮਾਮ ਇਹਨਾਂ ਦੀ ਅੱਖ ਦੇ ਜੱਗ ਪਾ ਕੇ ਫਰਮਾਉਂਦੇ ਨੇ ਕੱਟ ਕੇ ਜ਼ਬਾਨ ਤੁਸਾਂ ਕੀਤਾ ਮੇਰਾ ਕੀ ਹੋੜੇ ਵੀ ਮੈਂ ਅਸਬਾਸ ਬਹੁ ਜ਼ਿੰਦਗੀ ਹੋ ਵੀ ਕੀ ਬਾਤ ਹੈ ਕੀ ਬਾਤ ਹੈ ਮੇਰੇ ਵੀਰ ਪਿਆਰੇ ਨੇ ਯਾਦ ਵੀ ਦਿੱਤੀ ਓ ਮੈਂ ਬਿਸਮਿਲਲਾ ਓ ਮੈਂ ਬਿਸਮਿਲਲਾ ਕੀ ਬਾਤ ਹੈ ਦੁਬਾਰਾ ਉੱਠਿਆ ਕੀ ਬਾਤ ਸ਼ਬਾਦੇ ਪਾਕਿਸਤਾਨ ਹੈ ਤੂੰ ਲੋਰ ਦੇ ਸ਼ਬਾਦੇ ਪਾਕਿਸਤਾਨ ਨਹੀਂ ਤੂੰ ਵੀ ਸ਼ਬਾਦੇ ਪਾਕਿਸਤਾਨ ਹੈ ਨਹੀਂ ਜਗਦਾ ਜ਼ਿੰਦਾਬਾਦ ਬਈ ਮੁਖਤਾਰ ਬਈ ਮੁਖਤਾਰ ਜ਼ਿੰਦਾਬਾਦ ਮੈਂ ਬਿਸਮਿਲਲਾ ਕਰਾਂ ਜੀ ਬੜੀ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਹੌਸਲਾ ਅਫਜ਼ਾਈ ਦਾ ਸ਼ੁਕਰੀਆ ਖਾਨ ਸਾਹਿਬ ਸ਼ੁਕਰੀਆ ਭਾਈ ਸ਼ੁਕਰੀਆ ਸਰ ਲਾਹੌਰ ਦੇ ਸਾਡੇ ਮਹਿਮਾਨ ਹਨ ਜੀ ਬਿਸਮਿਲਲਾ ਕਰਾਂ ਜੀ ਬਿਸਮਿਲਲਾ ਹਰ ਕੋਈ ਲਾਹੌਰ ਵਾਲਕ ਸ਼ਬਾਦ ਛੱਡਣ ਦੇ ਲਾਹੌਰ ਵਾਲੇ ਸਖ ਸ਼ਬਾਦ ਛੱਡਣ ਅੱਲਾਹ ਅਕਬਰ ਚਲੋ ਠੀਕ ਹੈ ਇਹਦਾ ਮਤਲਬ ਹੈ ਮੈਂ ਨਤੀਜਾ ਤੁਹਾਡੇ ਤੱਕ ਪਹੁੰਚਾਵਾਂ ਇਹਨੇ ਜ਼ਬਾਨ ਕੱਟ ਕੇ ਦੀ ਕੱਟੀ ਜ਼ਬਾਨ ਦੇ ਨਾਲ ਮੇਰੇ ਸਮੇਂ ਤਮਾਰ ਦੀ ਆਵਾਜ਼ਾਂ ਨੂੰ ਚੰਗਾ ਗੱਲਾਂ ਨਾ ਕਰਾਂ ਮੈਂ ਤੈਨੂੰ ਦੱਸਾਵਾਂ ਹੱਥ ਬੁਲੰਦ ਕਰਕੇ ਪੂਰਾ ਮਜਮਾ ਫੇਫੜਾਂ ਦਾ ਜ਼ੋਰ ਲਾ ਕੇ ਹੱਥ ਉੱਚਾ ਕਰਕੇ ਬੋਲੋ ਬੋਲੋ ਅਲੀ ਲਾਲ ਕਾਲੰਦਰ ਔਸਤ